स्वागत है किसान वीरो यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं पिंड ढाब ये कोटकपुरे दे बिलकुल नाल है, एक पासे पिंड बामण वाला ते दूजे पासे लालियाणा जिहड़ा जैतो रोड ते पैंदा कोटकपुरे तो जदों जाणा होवे। कोटकपुरे दे नाल ही तुसीं मन के चलो 5-7 किलोमीटर की दूरी है सारी। तो अज की वीडियो एक तोकड़ गब्बण मझ बाई ने विकाऊ की है नीली रावी नसल च, चंगे बच्चे दोस्तों पाउंदी है। नाल ही इहदी कट्टी जिहड़ी पिछले सूए की खड़ी है ये भी थोनों वैसे दिखा देंगे, पर वेचनी कल्ली मझ है। सो जिहड़े वीर नूं पसंद आजूगी तसली निरख परख तुसीं हरेक पक्ष तो आप आके करनी है। मेरा काम है थोनों वीडियो च पशु दिखाउण दा, सो ये मझ थोनों दिखाउणे अज विकाऊ बाई ने की है। डिटेल पुछ लैंदे आ उदू बाद तोर के भी दिखा देंगे, हालांकि दुधों ड्राई है। सो आओ वीर नाल गलबात करदे आ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ ਜੀ ਆਪਣਾ। ਰਣਜੀਤ ਸਿੰਘ ਨੰਬਰਦਾਰ ਹੈ। ਠੀਕ ਹੈ ਰਣਜੀਤ ਬਾਈ, ਇਹ ਮੱਝ ਜਿਹੜੀ ਆਪਾਂ ਵੇਚਣੀ ਹੈ ਕਿੰਨਵਾਂ ਸੂਆ ਸੂਗੀ ਹੈ? ਤੇ ਤੀਜੇ ਸੂਏ ਸੂਗੀ। ਠੀਕ ਹੈ, ਕਿੰਨੇ ਚਿਰ ਦੀ ਗੱਭਣ ਹੋਗੀ? 8 ਮਹੀਨੇ ਦੀ ਹੋਗੀ। 8ਵਾਂ ਲੱਗ ਗਿਆ। 8ਵਾਂ ਲੱਗ ਗਿਆ, 7ਾਂ ਦੀ ਕੰਪਲੀਟ ਹੋ ਗਈ। ਹਾਂਜੀ ਠੀਕ ਹੈ। ਅੱਛਾ ਇਹਦੇ ਕੁਝ ਪਤਾ ਸੀ ਮਨ ਕਿਹੜਾ ਲੱਗਾ ਹੁਣ? ਕੋਹੇਨੂਰ ਦਾ ਲੱਗਾ ਹੈ। ਕੋਹੇਨੂਰ ਚੂੜ ਚੱਕ ਵਾਲਾ ਤੇ ਜਿਹੜੀ ਆ ਪਹਿਲਾਂ ਉਹਦੀ ਹੈ ਕੱਟੇ ਜੀ, ਇਹ ਵੀ ਕੋਹੇਨੂਰ ਦੀ। ਠੀਕ ਹੈ। ਰੇਟ ਇਹਦਾ ਕੀ ਕੀਤਾ? ਇਹਦਾ 75,000। ਕਿੰਨਾ ਕੁ ਦੁੱਧ ਚੋਇਆ ਬਾਈ ਦੂਜੇ ਸੂਏ ਚ? ਇਹਦਾ 16 ਪਲੱਸ ਦੇਊਗੀ। ਇਹ 16 ਪਲੱਸ ਚੋਇਆ ਜੀ ਇਸ। ਠੀਕ ਹੈ, ਯਾਨੀ 16 ਕਿਲੋ ਵਾਂਗੂ ਚੋਇਆ ਦੂਜੇ ਸੂਏ ਚ। ਹਾਂਜੀ ਠੀਕ ਹੈ। ਖੋਲੋ ਮੜਾ ਜੀ ਦੋਸਤੋ, 16 ਕਿਲੋ ਬਾਈ ਦੱਸਦਾ ਵੀ ਦੁੱਧ ਇਹਦਾ ਦੂਜੇ ਸੂਏ ਚ ਚੋਇਆ ਹੈ, ਤੀਜਾ ਸੂਆ ਸੂਗੀ। ਤੇ ਕੋਹੇਨੂਰ ਚੂੜ ਚੱਕ ਦੇ ਵਿੱਚ ਇੱਕ ਬੁੱਲ ਹੈ, ਨੀਲੀ ਰਾਵੀ ਨਸਲ ਦਾ ਚੈਂਪੀਅਨ ਵੀ ਬਣਿਆ ਸੀਗਾ, ਮੇਲਾ ਜਿੱਤਿਆ ਹੋਇਆ ਉਹਦੇ ਸੀਮਣ ਤੋਂ ਗੱਭਣ। ਸਟਰਕਚਰ ਦੇਖ ਸਕਦੇ ਹੋ ਬਹੁਤ ਸੋਹਣਾ। 7 ਮਹੀਨਿਆਂ ਦੀ ਦੋਸਤੋ ਇਹ ਗੱਭਣ ਹੋ ਗਈ ਹੈ ਅਤੇ 8ਵਾਂ ਨੂੰ ਚੱਲਦਾ। ਥਣ ਹਵਾਨਾ ਤੁਹਾਨੂੰ ਦਿਖਾ ਦੂੰ, ਵੈਸੇ ਇਹ ਇਸ ਟਾਈਮ ਜਿਹੜਾ ਉਹ ਡਰਾਈ ਹੈ ਦੁੱਧੋਂ, ਉਹਦੇ ਕਰਕੇ ਹਵਾਨੇ ਦੇ ਵਿੱਚ ਦੁੱਧ ਨਹੀਂ ਹੈਗਾ। ਬਾਕੀ ਇਹਦੀ ਪਿਛਲੇ ਸੂਏ ਦੀ ਵੀਡੀਓ ਹੈਗੀ ਹੈ ਬਾਈ ਕੋਲ ਦੋਸਤੋ, ਜਦੋਂ ਇਹ ਸੂਈ ਵੀ ਸੀ। ਉਹ ਜਿਹੜਾ ਵੀਰ ਖਰੀਦਣੀ ਚਾਹੂਗਾ ਆ ਕੇ ਉਹ ਦੇਖ ਸਕਦਾ। ਇਸ ਤਰੀਕੇ ਨਾਲ ਤੁਹਾਨੂੰ ਮੈਂ ਦਿਖਾ ਦਿੰਦਾ ਵੀ ਇਹਦੇ ਹਵਾਨੇ ਦੇ ਵਿੱਚ ਝੋਲ ਕਾਫੀ ਹੈ। ਇਹ ਤੁਸੀਂ ਇਹਦੇ ਥਣ ਹਵਾਨੇ ਨੂੰ ਦੇਖ ਸਕਦੇ ਹੋ ਜਿੱਦਾਂ ਦੀ ਕੰਡੀਸ਼ਨ ਦੇ ਵਿੱਚ ਹੈਗਾ। ਥਣਾਂ ਬਾਰੇ ਮੈਂ ਬਾਈ ਨੂੰ ਜ਼ਰੂਰ ਦੋਸਤੋ ਪੁੱਛਿਆ ਸੀ, ਉਰਲੇ ਥਣ ਮੈਨੂੰ ਥੋੜ੍ਹੇ ਜਿਹੇ ਉੱਚੇ ਲੱਗੇ। ਅਤੇ ਇਹ ਵੀਰ ਦੱਸਦਾ ਵੀ ਜਿਹੜੀ ਇਹਦੀ ਕੱਟੀ ਨਾਲ ਵੱਧੀ ਹੈ ਉਹ ਅੱਜ ਵੀ ਇਹਨੂੰ ਮੂੰਹ ਮਾਰ ਜਾਂਦੀ ਹੈ, ਥਣਾਂ ਨੂੰ ਜਿਹੜਾ ਥੋੜ੍ਹਾ ਬਹੁਤ ਕੋਈ ਦੁੱਧ ਧਾਰਾਂ ਪਾਉਂਦੀ ਹੈ ਜਾਂ ਤਾਂ ਉਹ ਚੁੰਘ ਜਾਂਦੀ ਹੈ। ਬਾਕੀ ਜਿਹੜਾ ਵੀਰ ਖਰੀਦੂਗਾ ਆਪਦੀ ਨਿਰਖ ਪਰਖ ਆਪ ਕਰ ਸਕਦਾ। ਸੋ ਇਹ ਸੋਹਣੀ ਮੱਝ ਹੈ, ਇਹਦੀ ਕੱਟੀ ਵੀ ਦਿਖਾ ਦਿੰਦਾ ਦੋਸਤੋ, ਕਿਉਂਕਿ ਬੱਚੇ ਜਿਹੜੇ ਉਹ ਚੰਗੇ ਪਾਉਂਦੀ ਆ ਮੱਝ, ਉਹਦੇ ਕਰਕੇ ਨਾਲ ਖੜੀ ਕੱਟੀ ਵੀ ਤੁਹਾਨੂੰ ਦਿਖਾਊ। ਮਾਸ ਜਿਹੜਾ ਉਹ ਦੱਸਦਾ ਵੀ ਮੱਝ ਨੇ ਦੁੱਧ ਦਿੱਤਾ ਹੋਊਗਾ, ਕਿਉਂਕਿ ਝੋਲ ਜਿਹੜੀ ਉਹ ਹਵਾਨੇ 'ਚ ਕਾਫੀ ਹੈ, ਥੋੜ੍ਹਾ ਜਿਹਾ ਪਸ਼ੂ ਡਰਨ ਲੱਗ ਜਾਂਦਾ, ਇਹਨੂੰ ਉੱਥੇ ਹੀ ਬੰਨਦੇ ਵੀਰ ਲੈ। ਸੋ ਇਹ ਮੱਝ ਦੋਸਤੋ ਤੋਕੜ ਨਾਲ ਗੱਭਣ ਵਿਕਾਊ ਆ, ਦੁੱਧੋਂ ਇਸ ਟਾਈਮ ਡਰਾਈ। ਇਹ ਕੱਟੀ ਦੋਸਤੋ ਇਹਨੇ ਐਤਕੀ ਜਿਹੜਾ ਦੂਜੇ ਸੂਏ 'ਚ ਦਿੱਤੀ ਹੈ, ਕੋਹੇਨੂਰ ਸਾਹਿਬ ਦੀ ਹੈ। ਸੋ ਇਹ ਤੁਸੀਂ ਦੇਖ ਸਕਦੇ ਹੋ, ਬੱਚੇ ਮੈਂ ਪਹਿਲਾਂ ਹੀ ਦੱਸਤਾ ਸੀ ਵੀ ਚੰਗੇ ਪਾਉਂਦੀ ਹੈ ਮੱਝ, ਜਿਹੜੇ ਹਿਸਾਬ 'ਤੇ ਕੱਟੀ ਦਿੱਤੀ ਹੈ ਚੰਗਾ ਰੰਗ ਰੂਪ ਸਹੀ ਆਇਆ ਬੰਨਦੇ ਪਏ। ਬਾਕੀ ਸਟਰਕਚਰ ਵੀ ਕੱਟੀ ਦਾ ਸੋਹਣਾ ਆਇਆ। ਸੋ ਇੱਦਾਂ ਦੇ ਬੱਚੇ ਇਸ ਮੱਝ ਨੇ ਇਹ ਦਿੱਤਾ ਹੈ ਬਾਈ ਕੋਲ ਘਰੇ ਖੜੀ ਕੱਟੀ। ਅਤੇ ਜਿਹਨੂੰ ਪਸੰਦ ਆਵੇ ਦੋਸਤੋ ਤਸੱਲੀ ਆਪ ਕਰਕੇ ਤੁਸੀਂ ਹਰੇਕ ਪੱਖ ਤੋਂ ਇਹ ਮੱਝ ਖਰੀਦ ਸਕਦੇ ਹੋ। ਧੰਨਵਾਦ ਵੀਡੀਓ ਦੇਖਣ ਲਈ।